आज मानसा पुलिस की ओर से जिले में सर्च ऑपरेशन चलाया गया। जिले के अधिकारी आज लोगों के घरों में तलाशी अभियान शुरू कर रहे थे। बठिंडा रेंज के DIG राकेश कौशल इस सर्च ऑपरेशन की अगुवाई कर रहे थे। इस अवसर पर उन्होंने कहा कि इस सर्च ऑपरेशन के मामले में क्या कुछ बरामद हुआ इसकी सूचना शाम को दी जाएगी, मगर उन्होंने लोगों को अपील की है कि वह पुलिस का सहयोग करे, क्योंकि अगर आम जनता पुलिस का सहयोग करेगी तब ही पुलिस अपना काम सही तरीके से कर पाएगी। उन्होंने कहा कि नशे की सूचना तुरंत पुलिस को दी जाए, किसी का नाम उजागर नहीं होगा। उन्होंने कहा कि शहर में अमन कानून की स्थिति कायम रखी जाएगी। इस अवसर पर मानसा के SSP डॉक्टर नानक सिंह भी मौजूद रहे। ये आज सारे पंजाब च कासो एक ऑपरेशन साढ़े वर्दी DGP साहब ने पंजाब ने श्री गौरव यादव जी ने स्टार्ट किया था काफ़ी देर तो तुम जानते ही हो। कॉर्डन एंड सर्च ऑपरेशन ये तहत सारे डिस्ट्रिक्ट एक टाइम दिता जाता सीक्रेटली। उस टाइम के दौरान डिस्ट्रिक्ट SSPs एंड कमिश्नर्स इन 3 कमिश्नर्स अपनी अपनी फोर्स इकट्ठा करके ऑर्गनाइज करके ये ऑपरेशन लॉन्च किया जाता, जिदे तहत जिन्हें भी सस्पेक्टेड बंदे ने सस्पेक्टेड पॉकेट्स ने स्पेशली अबाउट ड्रग्स आर्म्स एंड अदर क्रिमिनल्स उन्होंने घर के सर्च की जाती है, रेड किए जाते हैं, होर नाके वगैरह लगा के स्पेशल सर्च करके ये ऑपरेशन किया जाता ता कि जोड़ा ड्रग्स का थोड़ा जहा मिनास हैगा इनू ठल पाई जा सके, कंट्रोल किया जा सके, क्रिमिनल्स अरेस्ट किया जा सके और सोसाइटी यदा पॉजिटिव बेनीफिट आए। ये तहत मेरी ड्यूटी अज DGP साहब वालों लगाई गई सी मानसा। सो मैं कल रात का इतने आया था, SSP साहब ने सारा बैठ के बिना प्लान कर लिया सीगा अपने ऑफिसर्स नाल। अज इन्होंने सारे मानसा डिस्ट्रिक्ट 300 तो उपर जवान जी फोर्स सारी अगर लगाई है। 5 गस्टर ऑफिसर ने, इन्हां च 3 DSP सब डिविजन ने, 2 होर DSPs ने, ਉਹਨਾਂ ਦੀ ਵੱਖ ਵੱਖ ਟੀਮਾਂ ਬਣਾ ਕੇ ਉਸ ਦੌਰਾਨ ਇਹ ਸਰਚ ਚੱਲ ਰਹੀ ਹੈ। ਇਸ ਕਰਕੇ ਅਸੀਂ ਅੱਜ 29 ਨੰਬਰ ਵਾਰਡ 'ਚ ਅਸੀਂ ਇੱਥੇ ਆਏ ਹਾਂ ਸੁਪਰਵਾਈਜ਼ ਕਰਨ ਵਾਸਤੇ, ਦੇਖਣ ਵਾਸਤੇ। ਇਹ ਆਪਰੇਸ਼ਨ ਸਵੇਰੇ 8 ਵਜੇ ਸ਼ੁਰੂ ਹੋਇਆ ਸੀਗਾ ਔਰ ਇਹ ਦੁਪਹਿਰ ਦੇ 2 ਵਜੇ ਤੱਕ ਚੱਲੇਗਾ। ਹੁਣ ਤੱਕ 5 FIRs ਅਸੀਂ ਦਰਜ ਕਰ ਚੁੱਕੇ ਹਾਂ ਸਵੇਰ ਤੋਂ ਮਾਨਸਾ ਡਿਸਟ੍ਰਿਕਟ 'ਚ, ਜਿਹਦੇ ਸਾਨੂੰ ਗਾਂਜਾ ਨਸ਼ੀਲੇ ਕੈਪਸੂਲਸ ਔਰ ਲਾਹਣਾ ਮਿਲ ਚੁੱਕੀ ਹੈ। ਕੁਛ ਸਾਨੂੰ ਸਸਪੈਕਟਡ ਵਹੀਕਲਸ ਵੀ ਮਿਲੇ ਨੇ ਜਿਹੜੇ ਸ਼ੱਕ ਆ ਇਹਨਾਂ ਨੂੰ ਮਾਨਸਾ ਪੁਲਿਸ ਨੂੰ ਕਿ ਉਹ ਚੋਰੀ ਦੇ ਵਹੀਕਲ ਨੇ, ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ। 2 ਵਜੇ ਤੱਕ ਇਹ ਪ੍ਰਸ਼ਨ ਖਤਮ ਹੋ ਜਾਏਗਾ। ਆਈ ਵਿਲ ਰਿਕੁਐਸਟ SSP ਸਾਹਿਬ ਕਿ ਆਫਟਰ 2 o'clock ਤੁਹਾਨੂੰ ਸਭ ਨੂੰ ਸਾਰਾ ਡਾਟਾ ਜਿਹੜਾ ਹੈਗਾ, ਕਿੰਨੀਆਂ ਟੋਟਲ FIRs ਦਰਜ ਹੋਈਆਂ, ਕਿੰਨੀ ਟੋਟਲ ਰਿਕਵਰੀਜ਼ ਹੋਈਆਂ, ਤੁਹਾਨੂੰ ਸਾਰੀਆਂ ਪ੍ਰੋਜੈਕਟਾਂ ਦੱਸ ਦੇਣੀਆਂ। ਤੁਹਾਨੂੰ ਸਰ ਕੀ ਅਪੀਲ ਕਰਨਾ ਚਾਹੁੰਦੇ? ਪੁਲਿਸ ਦਾ ਕਦੇ ਵੀ ਕੰਮ ਤਦ ਤੱਕ ਨਹੀਂ ਕੰਪਲੀਟ ਹੋ ਸਕਦਾ ਜਦ ਤੱਕ ਸਾਨੂੰ ਲੋਕ ਨਾਲ ਸਹਿਯੋਗ ਦੇਣ। ਮੈਂ ਜਨਤਾ ਨੂੰ ਇਹੀ ਅਪੀਲ ਕਰਾਂਗਾ, ਇਹੀ ਰਿਕੁਐਸਟ ਕਰਾਂਗਾ ਕਿ ਮਾਨਸਾ ਪੁਲਿਸ ਦਾ ਸਾਥ ਦਿਓ। ਬਹੁਤ ਅੱਛੀ ਟੀਮ ਆਫ ਆਫਿਸਰਸ ਇੱਥੇ ਪੋਸਟਡ ਹੈ। ਜਦ ਤੱਕ ਲੋਕ ਸਾਨੂੰ ਨਹੀਂ ਇਨਫੋਰਮੇਸ਼ਨ ਦੇਣਗੇ, ਕਿਉਂਕਿ ਇੰਨੀ ਫੋਰਸ ਨਹੀਂ ਕਦੀ ਕਿਤੇ ਵੀ ਹੁੰਦੀ ਕਿ ਘਰ ਘਰ 'ਚ ਇੱਕ ਗਲੀ ਗਲੀ ਮੁਹੱਲੇ ਮੁਹੱਲੇ ਚੌਂਕ 'ਚ ਅਸੀਂ ਫੋਰਸ ਲਗਾ ਸਕੀਏ। ਇਨਫੋਰਮੇਸ਼ਨ ਬੇਸਡ ਜਿਹੜੇ ਓਪਰੇਸ਼ਨ ਉਹ ਹਮੇਸ਼ਾ ਹੀ ਕਾਮਯਾਬ ਹੁੰਦੇ ਆ। ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਸਾਡਾ ਸਾਥ ਦਿਓ, ਸਾਨੂੰ ਦੱਸੋ ਕਿ ਕਿਹੜਾ ਆਦਮੀ ਸ਼ੱਕੀ ਹੈ, ਕਿਹੜਾ ਆਦਮੀ ਗਲਤ ਕਰਦਾ। ਦੇਖੋ ਬੜੀ ਸਿੰਪਲ ਜੀ ਚੀਜ਼ ਹੈ, ਇੱਕ ਮੁਹੱਲੇ 'ਚ, ਇੱਕ ਪਿੰਡ 'ਚ, ਇੱਕ ਗਲੀ 'ਚ, ਕਿਸੇ ਸ਼ਹਿਰ 'ਚ, ਕਿਸੇ ਕਸਬੇ 'ਚ
ਇੱਕ ਆਦਮੀ ਰਹਿੰਦਾ, ਉਹਦਾ ਲਾਈਫ ਸਟਾਈਲ ਬੜਾ ਡਿਫਰੈਂਟ ਹੁੰਦਾ, ਨਾ ਉਹਦਾ ਘਰ ਅੱਛਾ ਹੁੰਦਾ, ਨਾ ਉਹਦੇ ਕੋਲ ਅੱਛੇ ਵਹੀਕਲਸ ਹੁੰਦੇ ਆ, ਨਾ ਉਹਦਾ ਰਹਿਣ ਸਹਿਣ ਅੱਛਾ ਹੁੰਦਾ, ਬਟ ਸਡਨਲੀ ਉਹਦੀ ਲਾਈਫ ਸਟਾਈਲ ਚੇਂਜ ਹੋ ਜਾਂਦਾ। ਦੈਟ ਮੀਨਸ ਕਿ ਜਾਂ ਤਾਂ ਉਹਨੂੰ ਕੋਈ ਇਨਕਮ ਜਿਹੜੀ ਆ ਅੱਛੇ ਢੰਗ ਤੋਂ ਆ ਰਹੀ ਹੈ ਜਾਂ ਮਾੜੇ ਢੰਗ ਤੋਂ ਆ ਰਹੀ ਹੈ। 90% ਕੇਸਿਸ ਤੋਂ ਜ਼ਿਆਦਾ ਕੇਸਿਸ 'ਚ ਦਿਸ ਇਜ਼ ਇਨ ਇਲ ਗੋਟਨ ਮਨੀ ਅਰਨਡ ਬਾਏ ਰੋਂਗ ਐਕਟੀਵਿਟੀਜ਼, ਇਨਡਲਜੈਂਸ ਇਨ ਰੋਂਗ ਅਨਲਾਫੁਲ ਐਕਟੀਵਿਟੀਜ਼। ਤਾਂ ਲੋਕ ਸਾਨੂੰ ਸਿਰਫ ਇੰਨਾ ਹੀ ਦੱਸਣ, ਅਸੀਂ ਇਹ ਐਕਸਪੈਕਟ ਨਹੀਂ ਕਰਦੇ ਕਿ ਲੋਕ ਉਹਨਾਂ ਨੂੰ ਫੜਨ ਜਾਂ ਲੋਕ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ, ਲੇਕਿਨ ਅਗਰ ਲੋਕ ਸਾਨੂੰ ਇਹ ਦੱਸਣ ਵੀ ਸਰ ਇਹ ਬੰਦਾ ਸ਼ੱਕੀ ਆ ਜੀ, ਇਹ ਅਤੇ ਗਲਤ ਕੰਮ ਹੋ ਰਿਹਾ ਲੱਗਦਾ, ਕਾਈਂਡਲੀ ਚੈੱਕ ਕਰ ਲਓ, ਦੇਅਰ ਜੋਬ ਇਜ਼ ਡਨ। ਅਗਲਾ ਕੰਮ ਲੋਕਲ ਪੁਲਿਸ ਦਾ ਹੈਗਾ, ਉਹਨਾਂ ਨੇ ਫਿਰ ਆਪਣਾ ਸਭ ਕਰਨਾ ਉਹਨਾਂ ਨੇ, ਐਂਡ ਵੀਲ ਡੈਫੀਨਿਟਲੀ ਡੂ ਆਰ ਜੋਬ। ਸਰ ਜਿਵੇਂ ਸਾਡੇ ਇੱਧਰਲੇ ਜਿਹੜੇ ਜ਼ਿਲ੍ਹੇ ਆ ਮਾਨਸਾ ਬਠਿੰਡਾ, ਇੱਥੇ ਮੈਡੀਕਲ ਨਸ਼ਾ ਦਾ ਜਿਹੜੀ ਜ਼ਿਆਦਾ ਡਿਮਾਂਡ ਹੈ ਔਰ ਜ਼ਿਆਦਾ ਮੈਡੀਕਲ ਨਸ਼ੇ 'ਤੇ ਕਰ ਰਹੇ ਆ, ਉਹ 'ਚ ਪੁਲਿਸ ਬੇਬਸ ਦਿਖਾਈ ਦਿੰਦੀ ਆ, ਉਹਦੇ ਲਈ ਕੋਈ ਰਣਨੀਤੀ ਬਣਾਈ ਜਾ ਰਹੀ ਹੈ ਵੀ ਮੈਡੀਕਲ ਨਸ਼ੇ ਨੂੰ ਨਕੇਲ ਕੱਸੀ ਜਾ ਸਕੇ ਜਿਹੜੀ? ਦੇਖੋ ਇਹ ਕਹਿਣਾ ਨਹੀਂ ਠੀਕ ਹੈ ਕਿ ਪੁਲਿਸ ਬੇਬਸ ਨਜ਼ਰ ਆਉਂਦੀ ਹੈ। ਰਾਤ ਅਸੀਂ ਬੈਠੇ ਸੀ, ਵੀ ਵਰ ਡਿਸਕਸਿੰਗ ਦਿਸ, ਤਾਂ ਮੈਨੂੰ ਐਸ ਐਸ ਪੀ ਸਾਹਿਬ ਦੇ ਨਾਲ ਆਫਿਸਰ ਨੇ ਦੱਸਿਆ ਕਿ ਬਹੁਤ ਸਾਰੇ ਸਿਗਨੇਚਰ ਦੇ ਜਿਹੜੀ ਰਿਕਵਰੀ ਹੋਈ ਹੈ ਮਾਨਸਾ ਡਿਸਟ੍ਰਿਕਟ 'ਚ, ਔਰ ਕਾਫੀ ਐਫ ਆਈ ਆਰ ਦਰਜ ਹੋਈਆਂ, ਤਕਰੀਬਨ ਐਵਰੀ ਮੰਥ 15 to 20 ਐਫ ਆਈ ਆਰ ਦਰਜ ਕਰ ਰਹੇ ਆ। ਇਹਨਾਂ ਨੇ ਡੀ ਸੀ ਸਾਹਿਬ ਤੋਂ 144 ਦੇ ਵਿੱਚ ਔਡਰ ਕਰਾਏ ਨੇ, 188 ਦੇ ਪਰਚੇ ਦੇ ਰਹੇ ਆ। ਲੇਕਿਨ ਇਹ ਨਾ ਕੁਛ ਯੂਥ ਵੀ ਸਾਡਾ ਨਾ ਥੋੜ੍ਹਾ ਭਟਕ ਗਿਆ ਹੈਗਾ। ਅਸੀਂ ਪੁਲਿਸ ਅਫਸਰ ਸਮਝਦੇ ਹਾਂ ਕਿ ਸਿਰਫ ਪਰਚੇ ਦਰਜ ਕਰਨ ਨਾਲ ਹੀ ਇਹ ਚੀਜ਼ ਕੰਟਰੋਲ ਨਹੀਂ ਹੋਏਗੀ। ਯੂਥ ਨੂੰ ਮੋਟੀਵੇਟ ਕਰਨਾ ਪਏਗਾ, ਯੂਥ ਨੂੰ ਡੀਡਿਕਸ਼ਨ ਕਰਾਉਣੀ ਪਏਗੀ ਜਿਹੜੇ ਇਸ ਨਸ਼ੇ ਦੇ ਲਾਗੇ ਹੈ, ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਆ ਯੂਥ ਜਿਹੜੀ ਐਨਰਜੀ ਆ ਉਹ ਚੈਨਲਾਈਜ਼ ਕਰਨੀ ਪਏਗੀ, ਅੱਛੇ ਚੈਨਲਸ ਸਪੋਰਟਸ ਉਹਨਾਂ ਨੂੰ ਲਗਾਉਣਾ ਪਏਗਾ, ਜਿੱਥੇ ਮੁੰਡੇ ਜਾਣ ਆਪਣੀ ਵਰਜਿਸ਼ ਕਰਨ, ਆਪਣਾ ਇੱਕ ਟਾਈਮ ਹੋਏ ਉਹਨਾਂ ਦਾ। ਸਪੋਰਟਸ ਔਰ ਨਸ਼ਾ ਸਭ ਤੋਂ ਵੱਡਾ ਨਸ਼ਾ ਹੈਗਾ, ਜਿਹੜੇ ਪਲੇਅਰ ਨੇ ਜਿਹੜੇ ਬੰਦੇ ਕਿਸੇ ਵੀ ਇੱਕ ਰੂਟੀਨ ਨੂੰ ਫੋਲੋ ਕਰਨ ਦੇ ਆਦੀ ਨੇ, ਜੇ ਘਰ 'ਚ ਕੋਈ ਕਰਦਾ ਹੈਗਾ ਤੁਸੀਂ ਦੇਖ ਲਓ ਕਿ ਜੇ ਆਪਾਂ ਸ਼ਾਮ ਨੂੰ ਸੈਰ ਕਰਨੀ ਹੈ ਕਿਤੇ ਖੇਡਣਾ ਹੋਇਆ ਨਾ, ਤਾਂ ਸਾਰਾ ਦਿਨ ਉਸ ਟਾਈਮ ਦੀ ਵੇਟ ਰਹਿੰਦੀ ਹੈ। ਜੇ ਅਸੀਂ ਉਸ ਦਿਨ ਉਹ ਕੰਮ ਨਾ ਕਰ ਸਕਦੇ ਤਾਂ ਲੱਗਦਾ ਖਾਲੀ ਖਾਲੀ ਯਾਰ, ਰਾਤ ਦਾ ਖਾਣਾ ਖਾਣ ਦਾ ਮਜ਼ਾ ਨਹੀਂ ਆਉਂਦਾ। ਸੋ ਮੈਂ ਇਹੀ ਕਹੂੰਗਾ ਐਸ ਐਸ ਸਾਹਿਬ ਨੂੰ ਕਿ ਥੋੜ੍ਹਾ ਸਪੋਰਟਸ ਵਾਲੇ ਪਾਸੇ ਧਿਆਨ ਦੇਣ, ਮੁੰਡਿਆਂ ਦੇ ਯੂਥ ਕਲੱਬ ਬਣਾਉਣ, ਸਪੋਰਟਸ ਕਲੱਬ ਬਣਾਉਣ, ਉਹਨਾਂ ਨੂੰ ਮੋਟੀਵੇਟ ਕਰਨ, ਪੇਰੈਂਟਸ ਨੂੰ ਕੌਨਫੀਡੈਂਸ ਲੈਣ। ਜਿਹੜੇ ਐਨ ਜੀ ਓਜ਼ ਨੇ, ਜਿਹੜੀਆਂ ਸੰਸਥਾਵਾਂ ਬਣੀਆਂ ਨੇ, ਕਮੇਟੀਆਂ ਬਣੀਆਂ ਨੇ ਪਿੰਡਾਂ 'ਚ ਜਾਂ ਮੁਹੱਲਿਆਂ 'ਚ ਜਾਂ ਸ਼ਹਿਰਾਂ 'ਚ, ਉਹਨਾਂ ਨੂੰ ਸ਼ਾਮਿਲ ਕਰਨ ਤਾਂ ਕਿ ਅਸੀਂ ਬੱਚਿਆਂ ਨੂੰ ਪੋਜ਼ਿਟਿਵਿਟੀ ਦੇ ਕੇ ਉਹਨਾਂ ਦੇ ਮਾਇੰਡ ਨੂੰ ਠੀਕ ਰੱਖ ਕੇ ਠੀਕ ਦਿਸ਼ਾ ਵਾਲੇ ਪਾਸੇ ਅਸੀਂ ਲੈ ਕੇ ਜਾ ਸਕੀਏ।